Kurtarma! 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 Haydi kurtarma! 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 Haydi kurtarma! 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 Haydi kırıklar kıra! Kırıklar kıra! Kırıklar kıra! Haydi kırıklar kıra! Kırıklar kıra! Kırıklar kıra! Haydi kırıklar kıra! Kırıklar kıra! Kırıklar kıra! Haydi kurtarma! Kurtarma! ਹਿੰਦੁਸਤਾਨ ਦੇ ਵਿੱਚ ਸਾਡੇ ਧਾਰਮਿਕ ਜਿਹੜੇ ਪਾਸਟਰ ਸਾਹਿਬਾਨ ਔਰ ਸਾਰੇ ਜਿੰਨੇ ਲੋਕ ਆਏ ਆ ਅੱਜ ਬੜੀ ਦੁੱਖ ਦੀ ਅੱਜ ਇਹ ਘਟਨਾ ਜਿਹੜੀ ਕੱਲ੍ਹ ਦੀ ਪਰਸੋਂ ਦੀ ਵਾਪਰੀ ਹੈ ਸਾਡੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਰਾ ਜਿਹੜਾ ਹੈਲੇਲੂਯਾ ਦਾ ਉਹ ਜਿਹੜੀ ਆ ਜਿਹੜੀ ਕਿ ਲਾਫਟਰ ਚੈਨਲ ਦੇ ਉੱਤੇ ਜਿਹੜਾ ਕਿ ਸੋਨੀ ਟੀ ਵੀ 'ਤੇ ਆਉਂਦੇ ਆ ਜਿਹਦੇ ਵਿੱਚ ਇਹ ਜਿਹੜੀ ਭਾਰਤੀ ਸਿੰਘ ਫਰਾ ਖਾਨ ਅਤੇ ਜਿਹੜੀ ਫਿਲਮੀ ਸਟਾਰ ਰਵੀਨਾ ਟੰਡਨ ਇਹਨਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਪਵਿੱਤਰ ਨਾਰਾ ਹੈਲੇਲੂਯਾ ਦਾ ਠੱਠਿਆਂ ਦੇ ਵਿੱਚ ਉਠਾਇਆ ਗਿਆ ਆ ਔਰ ਉਹਨੂੰ ਗੰਦੀ ਅਤੇ ਬੜੀ ਗਲਤ ਲੈਂਗੁਏਜ 'ਚ ਯੂਜ਼ ਕੀਤਾ ਜਿਹਦੇ ਵਿੱਚ ਅੱਜ ਸਾਰੇ ਹੀ ਪਾਸਟਰ ਸਾਹਿਬਾਨਾਂ ਨੇ ਅੱਜ ਇਕੱਠੇ ਹੋ ਕੇ ਅੱਜ ਇੱਕ ਮੈਮੋਰੈਂਡਮ ਦੇਣ ਵਾਸਤੇ ਅਸੀਂ ਪੁਲਿਸ ਕਮਿਸ਼ਨਰ ਦੇ ਆਫਿਸ 'ਤੇ ਪਹੁੰਚੇ ਹਾਂ ਤਾਂ ਕਿ ਇਹਨਾਂ ਦੇ ਉੱਤੇ ਬਰਖਿਲਾਫ਼ FIR ਦਰਜ ਕੀਤੀ ਜਾਏ ਔਰ ਤੁਰੰਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਨਹੀਂ ਤਾਂ ਇਹ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਧਰਨੇ ਅਤੇ ਮੋਰਚੇ ਲਾਏ ਜਾਣਗੇ ਇਸ ਕਰਕੇ ਔਰ ਮੈਨੂੰ ਇਹ ਪਤਾ ਲੱਗਾ ਅੱਜ ਅਖਬਾਰਾਂ ਦੇ ਰਾਹੀਂ ਵੀ ਜਿਹੜਾ ਸਾਡਾ ਰਵੀਨਾ ਟੰਡਨ ਜਿਹੜੀ ਕਿ ਫਿਲਮੀ ਸਟਾਰ ਆ ਉਹ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਸਤੇ ਆਈ ਆ ਅਸੀਂ ਉਹਨਾਂ ਨੂੰ ਅਸੀਂ ਇਹ ਮੰਗ ਕਰਦੇ ਕਮਿਸ਼ਨਰ ਸਾਹਿਬ ਨੂੰ ਵੀ ਇਹਨਾਂ ਦੇ ਬਰਖਿਲਾਫ਼ ਇਹਨੂੰ ਪਰਚਾ ਕਰਕੇ ਇਹਦੀ ਫਲਾਈਟ ਕੈਂਸਲ ਕਰਕੇ ਔਰ ਇਹਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਏ ਨਹੀਂ ਤਾਂ ਅਸੀਂ ਸੜਕਾਂ ਜਿਹੜੀਆਂ ਜਾਮ ਕੀਤੀਆਂ ਜਾਣਗੀਆਂ ਸੋ ਇਸ ਕਰਕੇ ਅੱਜ ਅਸੀਂ ਕੱਲ੍ਹ ਦਾ ਜਿਹੜਾ ਖੁਸ਼ੀ ਦਾ ਦਿਹਾੜਾ ਸੀ ਲੇਕਿਨ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਕੁ ਰੋਸ ਹੈ ਅਸੀਂ ਇਮੀਡੀਏਟਲੀ ਅਸੀਂ ਕਿਸੇ ਨੂੰ ਕਾਲ ਨਹੀਂ ਕੀਤੀ ਕਿਉਂਕਿ ਲੋਕ ਆਪਣੇ ਘਰਾਂ ਦੇ ਵਿੱਚ ਖੁਸ਼ੀ ਮਨਾ ਰਹੇ ਸੀ ਲੇਕਿਨ ਆਹ ਜਿਹੜੀ ਅੱਜ ਮੰਦਭਾਗਣੀ ਘਟਨਾ ਵਾਪਰੀ ਹੈ ਸੋ ਅਜੇ ਸੋਸ਼ਲ ਮੀਡੀਆ ਰਾਹੀਂ ਕੁਝ ਲੋਕਾਂ ਨੂੰ ਪਤਾ ਲੱਗਾ ਅਤੇ ਫਟਾਫਟ ਸਾਰੇ ਇੱਥੇ ਪਹੁੰਚ ਰਹੇ ਆ ਸੋ ਮੈਂ ਤਾਂ ਇਹੋ ਕਹਾਂਗਾ ਇਮੀਡੀਏਟਲੀ ਅਸੀਂ ਕਮਿਸ਼ਨਰ ਮਨੋਰਟੀ ਕਮਿਸ਼ਨਰ ਪੰਜਾਬ ਜਿਹੜੇ ਚੇਅਰਮੈਨ ਮਨਵਰ ਮਸੀਹ ਨੂੰ ਵੀ ਇੱਕ ਮੇਲ ਕਰ ਦਿੱਤੀ ਹੈ ਚੰਡੀਗੜ੍ਹ ਦੇ ਵਿੱਚ ਤਾਂ ਕਿ ਇਸ ਨੂੰ ਜਿਹੜਾ ਵਿਵਾਦ ਨੂੰ ਇਸੇ ਟਾਈਮ ਤੁਰੰਤ ਜਿਹੜੀ ਹੈ ਸਰਕਾਰ ਕੋਲ ਮੰਗ ਕਰਦੇ ਇਹਨੂੰ ਖਤਮ ਕੀਤਾ ਜਾਏ ਖਤਮ ਤਾਂ ਹੀ ਹੋਏਗਾ ਜੇਕਰ ਉਹ ਦੋਸ਼ੀ ਜਿਹੜੇ ਆ ਉਹਨਾਂ ਦੇ ਬਰਖਿਲਾਫ਼ ਪਰਚਾ ਦਰਜ ਹੋਵੇ ਔਰ ਉਹਨਾਂ ਨੂੰ ਅਰੈਸਟ ਕੀਤਾ ਜਾਏ ਸੋ ਮੈਂ ਹੁਣ ਜ਼ਿਆਦਾ ਕੁਝ ਨਾ ਬੋਲਦਾ ਹੋਇਆ ਸਾਡੇ ਪਾਸਟਰ ਸੋਨੀ ਸਾਹਿਬ ਦਾ ਟੀਨੂ ਵਿਸ਼ਾਲ ਜੀ ਦਾ ਮਹਿਬੂਬ ਰਾਜ ਜੀ ਦਾ ਦੀਪਕ ਰਾਜਾ ਜੀ ਦਾ ਸਾਡੇ ਮਹਿਬੂਬ ਰਾਜ ਜੀ ਰਾਜਕੁਮਾਰ ਜੀ ਸਾਡੇ ਠੇਕੇਦਾਰ ਰਾਜ ਜੀ ਵਿਲਸਨ ਜੀ ਵਿਸ਼ਾਲ ਜੀ ਪਾਸਟਰ ਵਿਕਾਸ ਜੀ ਰਾਜ ਜੀ ਸਾਡੇ ਰਸਮਲ ਬਿੱਲਾ ਜੀ ਪਾਸਟਰ ਵਿਕਰਮ ਜੀ ਪਾਸਟਰ ਸਾਡੇ ਕੂਮ ਸਿੰਘ ਖੋਕਰ ਜੀ ਸਾਡੇ ਹੋਰ ਵੀ ਨਾਗਾ ਤੋਂ ਸਰਦੂਲ ਜੀ ਸਾਡੇ
और साडे जिन्ने भी मैं साडे शहनशाह जी ठेकेदार जकूब जी मैं सारे का तह दिल तो रही हाँ। लोग अपने आप इकट्ठे हो रहे हैं, असी किसी को कोई सत्ता नहीं दे रहे, लेकिन लोगों के दिलों के अज अग अग बलती पई है, रोस हो रहा, लोग अपने आप ही पता लग रहा, लोग अज थोड़े इकट्ठे हुए होर लोग नाल दी नाल इकट्ठे हो जा रहे हैं। सो इस करके मैं तो यो कहंगा जल्द तो जल्द ये कानूनी कार्रवाई के उत्ते इन्हें परचा दिया जाए। सो मैं दो शब्द मैं कहंगा भी जकूब जी ने दो शब्द बोलणगे ते उस तो बाद असी मेरी कमिश्नर साहब ना भी फोन पर गल हो गई है, कहिंदे थोड़ी देर तक मैं इत्थे पहुँच रहा। सो असी मैमोरेंडम लैके भी आए हैं। असी अज का डेपुटेशन जिहड़ा साडा ये मंग करदा कि भारती सिंह ने जो हैलेलुया दे नारे नूं बड़े अप शब्दां दे विच और बड़ी भद्दी शब्दावली दे विच पेश कीता आ, उहदे खिलाफ गुबीना टंडन और फराह खान और भारती सिंह ते जिहड़ा परचा वह दर्ज होना चाहीदा और उन्हां नूं गिरफ्तार करना चाहीदा तां कि समाज दे विच शांति बनी रहे। असीं चेयरमैन बहु मनोहर मसीह घट गिनती कमिशन ਨੂੰ ਵੀ ਬੇਨਤੀ ਕੀਤੀ ਆ ਕਿ ਉਹ ਪੰਜਾਬ ਦੇ ਹਰ ਡਿਸਟ੍ਰਿਕਟ ਦੇ ਵਿੱਚ ਇਹਨਾਂ ਦੇ ਵਿਰੁੱਧ ਪਰਚਾ ਦਰਜ ਕਰਾਉਣ ਔਰ ਸਾਨੂੰ ਉਮੀਦ ਆ ਕਿ ਹਿੰਦੁਸਤਾਨ ਦੇ ਹਰ ਸਟੇਟ ਦੇ ਵਿੱਚ ਇਹਨਾਂ ਦੇ ਵਿਰੁੱਧ ਪਰਚਾ ਜਿਹੜਾ ਉਹ ਦਰਜ ਹੋਏਗਾ ਔਰ ਇਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਦੀ ਅਸੀਂ ਅਪੀਲ ਕਰਨ ਵਾਸਤੇ ਸੀਪੀ ਸਾਹਿਬ ਦੇ ਅੱਗੇ ਆਏ ਹਾਂ ਔਰ ਸਾਡੀ ਬੇਨਤੀ ਆ ਕਿ ਇਹ ਇਨਸਾਫ ਜਿਹੜਾ ਮਸੀਹ ਭਾਈਚਾਰੇ ਨੂੰ ਮਿਲਣਾ ਚਾਹੀਦਾ ਤਾਂ ਕਿ ਪੰਜਾਬ ਦੀ ਸ਼ਾਂਤੀ ਭੰਗ ਨਾ ਹੋ ਸਕੇ। ਧੰਨਵਾਦ। और मैं चाहवागा ये जी बहुत ही मंदभागी घटना जी साढ़े देश के वापरी आ और बहुत यदा एक माड़ा असर पै रहा है और मैं देखा कि सब लोग जोड़े आ पूरा वर्ल्ड इन्होंने देखता आ और इन्होंने बहुत ही मंदभागी घटना जी एक हालेलुया का शब्द जोड़ा पवित्र शब्द आ और उन्होंने एक गाली के जरा बदल के और मैं वीडियो देखा और साड़ी समाज के बहुत ही गुस्सा है और मैं प्रशासन अगे बेनती करा कि इन्हों जल्द तो जल्द गिरफ़्तार किया जाए, नहीं तो मजबूरन सू सड़कों के उत्ते उतरना पेगा और असी डट के और व्डा इन्हों का जरा विरोध करा और कृपा करके इन्हों के उत्ते केस जरा दर्ज होना चाहिए। हालेलुया ਜ਼ਿਲ੍ਹਾ ਪ੍ਰਧਾਨ ਨੇ ਉਹ ਆਪਣੇ ਸ਼ਬਦ ਕਹਿਣਗੇ। ਇਹ ਬੜੀ ਮਦਭਗੀ ਘਟਨਾ ਵਾ, ਜਿਹੜੇ ਫਿਲਮੀ ਸਟਾਰ ਗੁਬੀਨਾ ਟੰਡਨ, ਫਰਾਹ ਖਾਨ ਔਰ ਭਾਰਤੀ ਸਿੰਘ ਜਿਹੜੀ ਇੱਥੋਂ ਦੀ ਵਸਨੀਕ ਅੰਮ੍ਰਿਤਸਰ ਦੀ ਆ, ਇਹਨੂੰ ਇਹ ਨਹੀਂ ਸੋਚਿਆ ਕਿ ਇਹ ਮੈਂ ਕੀ ਕਰਨ ਜਾ ਰਹੀ ਹਾਂ। ਇਹ ਬਾਈਬਲ ਦਾ ਇੱਕ ਲਫ਼ਜ਼ ਆ, ਇਹ ਸਵਰਗ ਤੋਂ ਲਫ਼ਜ਼ ਆ ਹਾਲੇਲੂਯਾ ਦਾ, ਇਹ ਕੋਈ ਕਿਸੇ ਇਨਸਾਨ ਦਾ ਲਫ਼ਜ਼ ਨਹੀਂ ਇਹ ਬਣਾਇਆ ਗਿਆ, ਇਹ ਪਰਮੇਸ਼ਰ ਦੀ ਵਡਿਆਈ ਵਾਸਤੇ ਉਹਦੀ ਮਹਿਮਾ ਆ ਕੇ ਲਫ਼ਜ਼ ਬੋਲਿਆ ਜਾਂਦਾ ਹਾਲੇਲੂਯਾ ਦਾ। ਉਹਨਾਂ ਨੇ ਜਿਹੜਾ ਇਹ ਲਫ਼ਜ਼ ਇਹਨੂੰ ਗਲਤ ਇਸਤੇਮਾਲ ਕੀਤਾ ਕਿਉਂਕਿ ਇਹ ਲਫ਼ਜ਼ ਹਾਲੇਲੂਯਾ ਦਾ ਅਤੇ ਉਹ ਜਗ੍ਹਾ 'ਤੇ ਨਹੀਂ ਸੀ ਉੱਥੇ ਬੋਲਣਾ ਜਿਹੜਾ ਨੇ ਜਿਹੜਾ ਉਹਨਾਂ ਨੇ ਇਹਦਾ ਗਲਤ ਜਿਹੜਾ ਇਹਨੂੰ ਲਫ਼ਜ਼ ਨੂੰ ਯੂਜ਼ ਕੀਤਾ। ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗਾ ਵੀ ਇਹਨਾਂ ਨੂੰ ਸਜ਼ਾ ਵੱਡੀ ਤੋਂ ਵੱਡੀ ਦਿੱਤੀ ਜਾਵੇ ਔਰ ਇਹਨਾਂ 'ਤੇ ਪਰਚਾ ਦਰਜ ਕੀਤਾ ਜਾਵੇ, ਇਹਨਾਂ 'ਤੇ ਕੇਸ ਚਲਾਇਆ ਜਾਵੇ। ਨਾ ਹੀ ਇਹ ਕਰਨਗੇ ਅਸੀਂ ਸੜਕਾਂ 'ਤੇ ਉੱਤੇ ਉਤਰਾਂਗੇ ਕਿਉਂਕਿ ਮਸੀਹ ਭਾਈਚਾਰੇ ਨੂੰ ਬੜੀ ਵੱਡੀ ਠੇਸ ਲੱਗੀ ਆ। ਇਹ ਮਸੀਹ ਭਾਈਚਾਰਾ ਇਹ ਬਹੁਤ ਬਹੁਤ ਤਾਦਾਦ ਦੇ ਵਿੱਚ ਆ, ਇਹ ਲੱਖਾਂ ਦੀ ਤਾਦਾਦ ਦੇ ਵਿੱਚ ਆ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਲਫ਼ਜ਼ ਬੋਲਣਾ ਕੋਈ। ਅਤੇ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗਾ, ਅਸੀਂ ਸੀ ਪੀ ਸਾਹਿਬ ਨੂੰ ਮੈਮੋਰੈਂਡਮ ਦੇਣ ਵਾਸਤੇ ਆਏ ਹਾਂ ਅਤੇ ਇਹਨਾਂ ਅੱਗੇ ਅਸੀਂ ਮੰਗ ਕਰਾਂਗੇ, ਅਸੀਂ ਬੇਨਤੀ ਕਰਾਂਗੇ ਵੀ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਹਾਲੇਲੂਯਾ। ਬੇਨਤੀ ਕਰਾਂਗਾ ਦੀਪਕ ਰਾਜਾ ਜੀ ਜਿਹੜੇ ਕਿ ਸਾਡੇ ਕ੍ਰਿਸ਼ਨ ਦਲਤ ਫੰਡ ਦੇ ਯੂਥ ਦੇ ਪ੍ਰਧਾਨ ਨੇ ਉਹ ਆਪਣੇ ਸਾਰੇ ਬੜੇ ਸਤਿਕਾਰਯੋਗ ਸਾਰੇ ਲੀਡਰ ਪਾਸਟਰ ਸਾਹਿਬਾਨ ਔਰ ਜਿੰਨੇ ਵੀ ਸਹਿਯੋਗੀ ਇਸ ਜਗ੍ਹਾ 'ਤੇ ਇਕੱਠੇ ਹੋਏ ਨੇ ਸਭ ਦਾ ਦਿਲੋਂ ਧੰਨਵਾਦ ਕਰਦਾ ਵਾਂ ਕਿ ਉਹਨਾਂ ਨੇ ਇਹ ਸਮਾਂ ਕੱਢਿਆ ਹੈ। ਇਸ ਸਮੇਂ ਇਹ ਗੱਲ ਸਾਡੀ ਕੌਮ 'ਤੇ ਆਈ ਹੈ, ਜੋ ਵੀ ਭਾਰਤੀ ਸਿੰਘ ਗੁਬੀਨਾ ਟੰਡਨ ਅਤੇ ਫਰਾਹ ਖਾਨ ਨੇ ਹਾਲੇਲੂਯਾ ਦਾ ਜਿਹੜਾ ਸ਼ਬਦ ਆ ਉਹਨੂੰ ਮਜ਼ਾਕ ਦੇ ਵਿੱਚ ਅਤੇ ਸ਼ਬਦ ਲੈਂਗੁਏਜ ਦੇ ਵਿੱਚ ਉਹਨੂੰ ਯੂਜ਼ ਕੀਤਾ ਹੈ, ਅਸੀਂ ਇਸ ਦੀ ਕੜੀ ਨਿੰਦਾ ਕਰਦੇ ਹਾਂ ਅਤੇ ਅਸੀਂ ਉਸ ਪ੍ਰਸ਼ਾਸਨ ਨੂੰ
और उस सेंसर बोर्ड में भी पूछना चाहते हैं कि जिन्होंने ये बोलन के उन्होंने पहले पता से बाइबल का लफ्ज़ आ उन्होंने किस कि हुक्म के नाल इसकी उलंघना की है। अभी कड़ी निंदा करते हैं उस चैनल की भी और उस राइटर की भी जिन्हें इस शब्द न उस गेम के लिया आ उस जो भी वो खेल जो नाटक आ उस लिया गया वा ये उन्होंने किसने हुक्म दिता सी किसने इजाजत दी सी ये जो वर्ड आ ये साडे बाइबल का पवित्र वर्ड आ जोड़ा स्वर्ग तो पवित्र आत्मा के जरिए दिता गया सी अते इसकी बहुत महिमा है। असी इस शब्द को बहुत ही शक्तिशाली तो पवित्र मानते हैं अते जिहड़ी ये उन्होंने काम किया है ये बहुत ही निंदनीय हो गया। असी चाहते हैं यदि कड़ी तो कड़ी कार्रवाई उन्होंने की जाए और उन्होंने जेल दी सलाखां दे अंदर दिता जाए ताकि प्रशासन को पता लगे कि यह काम करने तो पहलों एक बार सोचना चाहिए है कि यह काम करना है कि नहीं करना। जो उन्होंने किया है तो उन्होंने पता लगे कि उन्होंने क्यों किया है जो तो पता सी कि बाइबल का शब्द आ क्यों उस नाटक के लिता गया। असी प्रशासन अगे मंग करते हैं सीपी साहब अगे कि इसका पक्का परचा दर्ज किया जाए और सारे पंजाब दे विच पूरे हिंदुस्तान दे विच असी बहु मनोवर जी नूं एक डेपुटेशन दिता सी सर एक चिट्ठी लिखी सी कि प्रभु बहु जी घट गिनती कमीशन चेयरमैन नूं कि पूरे पंजाब दे विच तुसी एक लैटर लिखो जिससे सारे पंजाब विच ये परचा इन्हां तिन्हां ते दर्ज होवे अते इन्हां नूं पता लगे कि इन्हां ने की काम किया है। हालेलुया हालेलुया। दोस्तों बड़ी ही मंदभागी घटना जिहड़ी आ सामने आई आ कि जड़ा भारती ने प्रभु यीशु मसीह के खिलाफ और साढ़े पूरे समाज के खिलाफ यह जड़ी जड़ी घटना घटी तुसी सब लोग जानते हो अजकल फेसबुक का जमाना आ घर घर तक मैं सोचदा ये वीडियो जड़ी पहुँच चुकी होएगी और मेरे वीरो मेरे भराओ जागन की लोड़ है और सानू एक मुठ होण दी एक जुट होण दी बहुत ही जरूरत है। और तुसीं वेख्या किदां सब तो ज़्यादा मैं सोचदा जिहड़ी वीडियो मैं वेखी आ कि बॉम्बे दे विच जिहड़ी इन्हां ने स्टेज दे उपर एक पूरा वर्ल्ड जिहड़ा उन्हां नूं वेखदा आ पूरा वर्ल्ड उन्हां नूं वेखदा और जिहड़ी मंदभागी घटना जिहड़ी उन्हां ने माड़े जिहड़े शब्द जिहड़े यीशु मसीह दे खिलाफ और हालेलुया दे खिलाफ बोले आ और मैं चाहांगा वो कदे भी माफ करने वाले नहीं आ। सचमुच बेशक भावें असी सोचते हाँ कि बाइबल सानू अलाउ करती आ कि असी माफ़ करिए और जे तुहाडी कोई एक गल ते थप्पड़ मारदा दूसरी भी कर दो पर वीरो बहुत हद हो चुकी है। मैं वेखता बहुत वड्डे वड्डे लीडर जिहड़े कई बार स्टेजां ते भी आउंदे आ वो जान बुझ के की करदे आ हालेलुया नूं की कहिंदे आ हालेलुला कह दिंदे आ। और मैं दसना चाहुंदा मैं बहुत वारी अपनियां वड्डियां स्टेजां ते जदों असीं क्रूसेट करदे आ और मैं बहुत सारे लोगों मौके ते ही डांट दिंदा तुसीं वेखदे हो ये जिहड़े मंत्री आ इंग्लिश जाणदे आ तुसीं वेखदे हो कि इह लोग जिहड़े कौंसल ने यह सब कुछ जाणदे आ जदों इह वड्डियां वड्डियां रिजोर्टां दे विच वड्डे वड्डे स्कूलों के जो जाते हैं तो इंग्लिश बोलते हैं जो तुम वेखते हो जिन्हिया भी इन्हों मीटिंग होंगे हर इंसान चाहता मैं इंग्लिश के गल करा और सब लोग जानते हैं जे तुम्हें हालेलुया नहीं आता पवित्र शब्द आ तुम प्रेज द लॉर्ड कह सकते हो लॉर्ड को महिमा दे सकते हो और हर एक इंसान को पता भी लॉर्ड का मतलब प्रभु होंगे है और तुम प्रेज द लॉर्ड कह सकते हो तुम इंग्लिश के गल कर सकते हो तुम जैमसी की कह सकते हो और मैं सोचदा ये जान बुझ के हालेलुया जिहड़ा कहिंदे आ क्यों कहिंदे आ और साडे ये मनां नूं बहुत ठेस पहुँची आ साडे हिरदे जिहड़े बहुत सड़ चुके आ साडे हिरदे जिहड़े आ सानूं इस गल की बहुत ही मैं बहुत इन्हां नूं लाइक करदा सीगा बहुत इन्हां दा कमेडियन शो जिहड़ा वेंदा सीगा और मैं दसना चाहांगा कि ये जिहड़ा इन्हां ने घटना घटी आ बहुत ही मंदभागी घटना आ। मेरे वीरो अज जागण का समा है अज जागो जागो वीरो जागो कदों तक सुते रहोगे जे असी सौ जावांगे और सुत्या एक कहावत आ मैं तुहानूं दसना चाहांगा मेरे पुराने बजुर्ग दसदे हुंदे सी कहिंदे सीगे कहिंदे जागदियां दियां कट्टियां और सुत्या दे कट्टे और मैं तुहानूं दसना चाहांगा इहदा मतलब की आ बहुत सारे लोग नहीं जानते इस गल नूं। इस गल का मतलब यह है कि जदों चलो मैं लंबी गल दे विच नहीं जाऊंगा आपां मुद्दे ते गल करांगे कि ये जड़ा
इन्होंने बहुत मंदभागी घटना जी घटी आ और जे साडे प्रभु येशु मसीह के खिलाफ जी इन्होंने बेअदबी की आ इस पवित्र हालेलुया दा प्रेज दा लॉर्ड दा इहदा जिहड़ा मतलब ही उन्होंने पता तुसीं वेख्या किस तरह उन्होंने बाइबल दे एक एक अर्थ जिहड़े दसे आ। पर मैं तुहानूं दसना चाहांगा कि यह जिहड़ी भारती आ इन्हां दीआं इत्थे तुसीं वेखियां करतूतां अमृतसर दी आ इत्थों जा के इत्थे बहुत माड़ियां करतूतां सी उन्हां दीआं अज जा के तुसीं वेखदे हो इन्हां दी जिन्नी क सोच आ इन्हां उन्नी गल करनी आ। वो पढ़े लिखे लोग जिहड़े मैं वीडियो वेखी वो कुछ हद दे विच सही सीगे जो उन्हें कोशिश की वह पुठी ग पासे गल खड़न की और जी रवीना टंडन सी उन्हें यही लड़ना चालू कर दिता कि मैं इधर नू गल घुमा दिनी हाँ। पर मेरे वीरो इन्हों डर नहीं गा यह भारती होना ने सोचा कि चलो मैं अमृतसर दे विच रही हाँ उत्थे कोई मसीहा का वजूद नहीं आ। पर बॉम्बे के लोग अच्छी तरह जानते आ चंगी तरह जानते आ कि मसीहत की जड़ी आ क्योंकि बार फॉरम के भी वह जाते मसीहत की कदर की आ मसीहत की जान बुझ के उन्हें इधर गलत पासे उन्होंने खड़िया ये सारे तो सब वद कसूर जड़ा है भारती का है। मैं चाहता भारती नूं मैं कहना चाहता कि जे तू कदे भी अमृतसर दे विच वड़ी साढ़े अमृतसर वाले नूं पता लग गया तेरी वो हालत करांगे वो तेरी कुत्ते खानी करांगे असी जिहड़ी कदी करन दे लायक नहीं गी। असी सब नूं मैं इन्नियां गल्लां कहिंदा होया जैमसी दी कहिंदा सब तुसी एकजुट हो जाओ आमीन।